ਤੁਸੀਂ ਵੇਖੋ ਵੀ ਉਹ ਲੋਕ ਜਿਹੜੇ ਹੈਂਡੀਕੈਪ ਲੋਕ ਨੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ, ਸੈਂਟਰ ਗੌਰਮੈਂਟ ਵੱਲੋਂ ਇਹ ਜਿਹੜੀ ਕੰਪਨੀਆਂ REC L ਇਹ ਡਿਸਟ੍ਰਿਕਟ ਲੈਵਲ 'ਤੇ ਅੱਜ ਅੰਮ੍ਰਿਤਸਰ ਡਿਸਟ੍ਰਿਕਟ 'ਚ ਬਹੁਤ ਵੱਡਾ ਫੰਕਸ਼ਨ ਜਿਹੜਾ ਹੈ ਕੀਤਾ ਜਾ ਰਿਹਾ। ਮੈਂ ਸਮਝਣਾ ਬੇਸ਼ੱਕ ਸੈਂਟਰ ਗੌਰਮੈਂਟ ਦੀ ਇਹ ਬਹੁਤ ਵੱਡੀ ਸਕੀਮ ਹੈ, ਸਾਰੇ ਇੰਡੀਆ 'ਚ ਹੀ ਚੱਲ ਰਹੀ ਆ। ਅੱਜ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ 'ਚ DC ਸਾਹਿਬ ਨੇ ਫੰਕਸ਼ਨ ਇੱਥੇ ਕਰਵਾਇਆ। ਅੱਜ 33 ਲੱਖ ਰੁਪਈਏ ਦੀ ਲਾਗਤ ਨਾਲ ਜਿਹੜੇ ਟਰਾਈਸਾਈਕਲ ਬਣੇ ਨੇ, ਇਹ ਸਾਰੇ ਜਿਹੜੇ ਹੈਂਡੀਕੈਪ ਨੇ ਜਿਨ੍ਹਾਂ ਨੂੰ ਬਹੁਤ ਲੋੜ ਆ ਉਹਨਾਂ ਨੂੰ ਅੱਜ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ। ਸੋ ਮੈਂ ਸਾਰੀ ਕੰਪਨੀ ਨੂੰ, ਜਿਹੜੇ ਡਾਇਰੈਕਟਰ ਆਏ ਨੇ PP Singh ਇੱਥੇ ਬਿਰਾਜਮਾਨ ਨੇ, ਸੋ ਇਹਨਾਂ ਨੂੰ ਬੜਾ ਤਕੜਾ ਉਪਰਾਲਾ। ਸੋ ਮੈਂ ਇਹਨਾਂ ਦਾ ਜਿੰਨਾ ਵੀ ਥੈਂਕਸ ਕਰਾਂ ਉਨਾ ਹੀ ਥੋੜ੍ਹਾ। ਅੱਜ ਇੱਕ ਜਿਹੜਾ ਹੈਂਡੀਕੈਪ ਜਿੰਨੇ ਸਾਡੇ ਸਾਥੀ ਹੈਗੇ ਆ ਉਹਨਾਂ ਦੇ ਲਈ ਜਿਹੜੇ ਉਪਕਰਨ ਹੈਗੇ ਆ ਵੱਖ ਵੱਖ, ਭਾਵੇਂ ਉਹ ਟਰਾਈਸਾਈਕਲਸ ਆ, ਭਾਵੇਂ ਹੀਅਰਿੰਗ ਏਡਸ ਆ, ਭਾਵੇਂ ਮੋਟਰਾਈਜ਼ ਸਾਈਕਲ ਆ, ਬਹੁਤ ਵੱਖ ਵੱਖ ਕਿਸਮ ਦੇ ਉਪਕਰਨ ਆ, ਸਾਰੇ ਉਪਲਬਧ ਕਰਾਏ ਜਾ ਰਹੇ ਆ ਨਿਸ਼ੁਲਕ, ਬਿਲਕੁਲ ਫਰੀ ਆਫ ਚਾਰਜ। ਇਹ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਜਿਹੜੀ ਹੈਗੀ ਆ ਉਸ ਅਧੀਨ ਇਹ REC ਵੱਲੋਂ ਪ੍ਰੋਵਾਈਡ ਕੀਤੇ ਜਾ ਰਹੇ ਆ, ਲਿਮਕੋ ਨੇ ਤਿਆਰ ਕੀਤੇ ਹੈਗੇ ਆ। ਔਰ ਇੱਥੇ ਅਸੀਂ ਕੈਂਪ ਲਗਾਇਆ ਸੀਗਾ, ਉਹਦੇ ਵਿੱਚ ਆਈਡੈਂਟੀਫਾਈ ਕੀਤੇ ਗਏ ਸੀਗੇ ਜਿਹੜੇ ਲੋੜਵੰਦ ਹੈਗੇ ਆ, ਔਰ ਉਹ ਲੋੜਵੰਦਾਂ ਨੂੰ ਅੱਜ ਇੱਥੇ ਇਹ ਸਾਰੇ ਉਪਕਰਨ ਦਿੱਤੇ ਜਾਣਗੇ ਤਾਂ ਕਿ ਉਹ ਜਿਹੜੇ ਸਾਡੇ ਘੱਟ ਭਾਗਸ਼ਾਲੀ ਸਾਡੇ ਸਾਥੀ ਹੈਗੇ ਆ ਉਹ ਵੀ ਆਪਣੀ ਆਮ ਨੋਰਮਲ ਜ਼ਿੰਦਗੀ ਬਤੀਤ ਕਰ ਸਕਣ, ਤਾਂ ਕਿ ਉਹਨਾਂ ਦੀ ਮੂਵਮੈਂਟ, ਉਹਨਾਂ ਦੇ ਸੁਣਨ ਦੀ ਜਾਂ ਜਿਸ ਕਿਸਮ ਦੀ ਵੀ ਉਹਨਾਂ ਦੀ ਡਿਸੇਬਿਲਿਟੀ ਆ ਉਸਨੂੰ ਓਵਰਕਮ ਕਰਕੇ ਉਹਨਾਂ ਨੂੰ ਇੱਕ ਨੋਰਮਲ ਜ਼ਿੰਦਗੀ ਬਤੀਤ ਕਰਨ ਦਾ ਇੱਕ ਮੌਕਾ ਦਿੱਤਾ ਜਾਵੇ। ਇਹ ਉਸ ਵੱਲ ਇੱਕ ਉਪਰਾਲਾ ਹੈਗਾ ਕਿ ਸਾਰੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਬਰਾਬਰ ਦਾ ਜਿਹੜਾ ਹੱਕ ਹੈਗਾ ਉਹ ਹਾਸਲ ਹੈ, ਔਰ ਉਹ ਬਰਾਬਰੀ ਉਹਨਾਂ ਨੂੰ ਲਿਆਉਣ ਵਾਸਤੇ ਇਹ ਫੰਕਸ਼ਨ ਹੈਗਾ। ਸੁਖਦੇਵ ਸਿੰਘ, ਅਸੀਂ ਨਾਲੇ ਤੋਂ, ਪਿੰਡ ਕੋਰੇ ਨੰਗਲ ਤੋਂ। ਹਾਂਜੀ, ਬਹੁਤ ਇਸ ਵਿੱਚ ਸਾਈਕਲ ਦਿੱਤਾ ਗਿਆ ਹੈ ਔਰ ਸਟਿੱਕ ਦਿੱਤੀਆਂ ਗਈਆਂ, ਸਟਿੱਕਾਂ ਦੇ ਲੈਣ ਜਾਣੀਆਂ। ਇਹ ਮੋਟਰ ਬਾਈਕ ਸਾਈਕਲ ਨੇ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਕੀਤਾ ਇਹਨਾਂ ਨੇ। ਹਾਂਜੀ ਹਾਂਜੀ, ਕੀ ਨਾਮ ਜੀ? ਮੇਰਾ ਨਾਮ ਮਨਦੀਪ ਕੌਰ ਹੈ, ਗੋਰੇ ਨੰਗਲ, ਅਜਨਾਲਾ ਬਾਈਪਾਸ ਗੋਰੇ ਨੰਗਲ। ਸਰ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਨੂੰ ਇਹ ਵੀਲਚੇਅਰ ਦੇ ਅਕੋਰਡਿੰਗ ਮੈਂ ਕਿਤੇ ਵੀ ਆ ਜਾ ਸਕਦੀ ਹਾਂ, ਮੈਨੂੰ ਆਉਣ ਜਾਣ 'ਚ ਦਿੱਕਤ ਨਹੀਂ ਹੋਊਗੀ, ਮੈਂ ਕਿਤੇ ਵੀ ਆਪਣੀ ਮਰਜ਼ੀ ਨਾਲ ਆ ਜਾ ਸਕਦੀ ਹਾਂ, ਕਿਤੇ ਵੀ ਯੂਜ਼ ਕਰ ਸਕਦੀ ਹਾਂ। ਇੱਦਾਂ ਮੈਨੂੰ ਚੱਲਣ 'ਚ ਬਹੁਤ ਪ੍ਰੋਬਲਮ ਹੁੰਦੀ ਸੀ, ਹੁਣ ਮੇਰੇ ਹੱਥ ਪੈਰ ਨਹੀਂ ਗੰਦੇ ਹੋਣਗੇ, ਜਿਹੜਾ ਮੈਂ ਆਪਣੇ ਅਕੋਰਡਿੰਗ ਚੱਲਦੀ ਹਾਂ, ਹੁਣ ਮੈਂ ਇਹਦੇ ਸਹਾਰੇ ਚੱਲਾਂਗੀ ਸਰ। ਸਰਕਾਰ ਨੂੰ ਇਹ ਕੈਂਪ ਬੜੇ ਲਾਉਣ ਚਾਹੀਦੇ ਵੱਧ ਤੋਂ ਵੱਧ। ਹਾਂਜੀ ਸਰ, ਹੈਂਡੀਕੈਪ ਦੀ ਕੋਈ ਵੀ ਨਹੀਂ ਸੁਣਦਾ ਸਰ, ਮੈਂ ਸਰਕਾਰ ਅੱਗੇ ਹੱਥ ਜੋੜਦੀ ਹਾਂ ਕਿ ਸਾਡੇ ਲਈ ਹੈਂਡੀਕੈਪ ਬਾਰੇ ਸੋਚਿਆ ਜਾਵੇ, ਸਾਡੇ ਅੰਗ ਪੈਰਾਂ ਬਾਰੇ ਸੋਚਿਆ ਜਾਵੇ, ਵੀ ਅਸੀਂ ਕਿਸੇ ਦੇ ਸਹਾਰੇ ਨਹੀਂ ਹਾਂ, ਆਪਣੇ ਸਹਾਰੇ ਚੱਲ ਸਕੀਏ। ਹਾਂਜੀ ਸਰ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹਨਾਂ ਜਿਹੜੇ ਜੋਬ ਕਰਦੇ ਆ, ਉਹਨਾਂ ਕੋਲ ਜਾਣ ਤੰਗੀ ਹੁੰਦੀ ਸੀ, ਹੁਣ ਆਪਣੇ ਆਪ ਉਹ ਜਾ ਸਕਦੇ ਆ।